ਲੱਗੇ ਰਹਾਂਗੇ ਪੰਜਾਬੀ ਭਾਸ਼ਾ ਚਾਲੂ ਕਰੋ ਪੰਜਾਬੀ ਭਾਸ਼ਾ ਚਾਲੂ ਕਰੋ ਪੰਜਾਬੀ ਭਾਸ਼ਾ ਚਾਲੂ ਕਰੋ ਕੇਂਦਰ ਸਰਕਾਰ ਸ਼ਰਮ ਕਰੋ ਸ਼ਰਮ ਕਰੋ ਕੇਂਦਰ ਸਰਕਾਰ ਸ਼ਰਮ ਕਰੋ ਸ਼ਰਮ ਕਰੋ ਵੀ ਵਾਂਟ ਜਸਟਿਸ ਵੀ ਵਾਂਟ ਜਸਟਿਸ ਲੱਗੇ ਰਹਾਂਗੇ ਆਪਣਾ ਹੱਕ ਲੱਗੇ ਰਹਾਂਗੇ ਆਪਣਾ ਹੱਕ ਪੰਜਾਬੀ ਭਾਸ਼ਾ ਚਾਲੂ ਕਰੋ ਪੰਜਾਬੀ ਭਾਸ਼ਾ ਚਾਲੂ ਕਰੋ ਪੰਜਾਬੀ ਭਾਸ਼ਾ ਚਾਲੂ ਕਰੋ ਪੰਜਾਬੀ ਭਾਸ਼ਾ ਚਾਲੂ ਕਰੋ ਟੱਕਾ ਸ਼ਕੇ ਸ਼ਾਈ ਹੈ ਜਿਹੜੀ ਪੰਜਾਬੀ ਭਾਸ਼ਾ ਚਾਲੂ ਕਰੋ ਪੰਜਾਬੀ ਭਾਸ਼ਾ ਚਾਲੂ ਕਰੋ ਕੋਈ ਵਾਂ ਜਸਟਿਸ ਕੋਈ ਵਾਂ ਜਸਟਿਸ ਲੱਗੇ ਰਹਾਂਗੇ ਆਪਣਾ ਹੱਕ ਲੱਗੇ ਰਹਾਂਗੇ ਆਪਣਾ ਹੱਕ ਲੱਗੇ ਰਹਾਂਗੇ ਆਪਣਾ ਹੱਕ ਕੋਈ ਵਾਂ ਜਸਟਿਸ ਕੋਈ ਵਾਂ ਜਸਟਿਸ ਕੇਂਦਰ ਸਰਕਾਰ ਹਾਏ ਹਾਏ ਕੇਂਦਰ ਸਰਕਾਰ ਹਾਏ ਹਾਏ ਕੇਂਦਰ ਸਰਕਾਰ ਹਾਏ ਹਾਏ ਕੇਂਦਰ ਸਰਕਾਰ ਹਾਏ ਹਾਏ ਕੇਂਦਰ ਸਰਕਾਰ ਚਾਲੂ ਕਰੋ ਪੰਜਾਬੀ ਭਾਸ਼ਾ ਚਾਲੂ ਕਰੋ ਪੰਜਾਬੀ ਭਾਸ਼ਾ ਕੋਈ ਵਾਂ ਜਸਟਿਸ ਕੋਈ ਵਾਂ ਜਸਟਿਸ ਕੋਈ ਵਾਂ ਜਸਟਿਸ ਗੁੰਡਾ ਗਰਦੀ ਨਹੀਂ ਚਲੇਗੀ ਗੁੰਡਾ ਗਰਦੀ ਨਹੀਂ ਚਲੇਗੀ ਟੱਕਾ ਸ਼ਾਹੀ ਨਹੀਂ ਚਲੇਗੀ ਜਤਿੰਦਰ ਸਿੰਘ ਹੋਸ਼ ਲਿਆ ਹੋਸ਼ ਲਿਆ ਜਤਿੰਦਰ ਸਿੰਘ ਹੋਸ਼ ਲਿਆ ਹੋਸ਼ ਲਿਆ ਕੇਂਦਰ ਸਰਕਾਰ ਹਾਏ ਹਾਏ ਕੇਂਦਰ ਸਰਕਾਰ ਹਾਏ ਹਾਏ ਕੇਂਦਰ ਸਰਕਾਰ ਹਾਏ ਹਾਏ ਹੋਈ ਵਾਂ ਜਸਟਿਸ ਹੋਈ ਵਾਂ ਦੇਖੋ ਅੱਜ ਦਾ ਇਹ ਪ੍ਰੋਟੈਸਟ ਕੇਂਦਰ ਸਰਕਾਰ ਦੇ ਉਸ ਫੈਸਲੇ ਦੇ ਖਿਲਾਫ ਹੈ ਸੁਪਰੀਮ ਸਿੱਖ ਆਰਗੇਨਾਈਜੇਸ਼ਨ ਅਤੇ ਵੱਖੋ ਵੱਖ ਜਥੇਬੰਦੀਆਂ ਆਰਗੇਨਾਈਜੇਸ਼ਨਾਂ ਤੇ ਐਨਜੀਓਸ ਦੀ ਤਰਫੋਂ ਜਿਹੜਾ ਕੇਂਦਰ ਸਰਕਾਰ ਨੇ ਪੰਜ ਭਾਸ਼ਾਵਾਂ ਨੂੰ ਮਾਨਤਾ ਦਿੱਤੀ ਹੈ ਅਤੇ ਛੇਵੀਂ ਪੰਜਾਬੀ ਭਾਸ਼ਾ ਨੂੰ ਉਸ ਦੇ ਵਿੱਚ ਸ਼ਾਮਲ ਨਹੀਂ ਕੀਤਾ ਅਸੀਂ ਕੇਂਦਰ ਦੀ ਸਰਕਾਰ ਨੂੰ ਇਹ ਚੇਤਾਵਨੀ ਦੇਣਾ ਚਾਹੁੰਦੇ ਹਾਂ ਕਿ ਕੇਂਦਰ ਦੀ ਸਰਕਾਰ ਫੌਰੀ ਤੌਰ ਤੇ ਆਪਣੇ ਫੈਸਲੇ ਨੂੰ ਬਦਲ ਦਿਆ ਹੋਇਆ ਇਸ ਪੰਜਾਬੀ ਭਾਸ਼ਾ ਨੂੰ ਲਾਗੂ ਕਰੇ ਜੇ ਕੇਂਦਰ ਦੀ ਸਰਕਾਰ ਪੰਜਾਬੀ ਭਾਸ਼ਾ ਨੂੰ ਲਾਗੂ ਨਹੀਂ ਕਰਦੀ ਤੇ ਸਾਡੇ ਇਸ ਪ੍ਰੋਟੈਸਟ ਨੂੰ ਹਲਕੇ ਦੇ ਵਿੱਚ ਨਾ ਲਵੇ ਬਲਕਿ ਵੱਡੇ ਪੱਧਰ ਦੇ ਉੱਤੇ ਕੇਂਦਰ ਸਰਕਾਰ ਦੇ ਖਿਲਾਫ ਜਿਹੜਾ ਉਹ ਸੰਘਰਸ਼ ਛੇੜਿਆ ਜਾਵੇਗਾ ਤੇ ਉਹ ਸੰਘਰਸ਼ ਉਤਨੀ ਦੇਰ ਤੱਕ ਜਾਰੀ ਰਹੇਗਾ ਜਿਤਨੀ ਦੇਰ ਤੱਕ ਕੇਂਦਰ ਦੀ ਸਰਕਾਰ ਸਾਡੇ ਨਾਲ ਇਨਸਾਫ਼ ਨਹੀਂ ਕਰਦੀ।